ਕਰਿਆਨੇ ਦੀ ਦੁਕਾਨ ਤੋਂ ਦੋ ਘਿਓ ਦੇ ਡੱਬੇ ਚੁੱਕ ਕੇ ਭੱਜ ਗਿਆ। ਉਹਨਾਂ ਫੜ ਕੇ ਲੰਮੇ ਪਾ ਕੇ ਮਾਰਿਆ ਕੁੱਟਿਆ, ਕਹਿੰਦਾ ਮੈਂ ਚੋਰੀ ਥੋੜੀ ਕੀਤੀ, ਮੈਂ ਤਾਂ ਘਰ ਜਾ ਕੇ ਅੰਮੀ ਨੂੰ ਮਹਾਉਣਾ ਸੀ ਵੀ ਆਹ ਲੈਣਾ ਕਿ ਆਹ ਲੈਣਾ। ਬੱਚੋ ਨੱਸੋ, ਓਏ ਓਏ ਕੀ ਹੈ ਇਸ ਤਰ੍ਹਾਂ ਬੰਦਾ ਫਿਕਰ ਹੈ।